it out. You know me like the way I move it out. When this side movie lost, boom, bless me sing. When Ramsey. भाई जान तो आटा बेल लाया है. किसी भी को बेल ला आ गया. हाँ, 37,500 रुपया बिजली का बेल. ਉਹ ਜਾ ਪਰਾਂ ਇਹ ਸਾਡਾ ਬਿੱਲ ਨਹੀਂ ਹੈ ਆ ਉੱਤੇ ਨਾ ਪੜ ਤੇਰੇ ਪਿਓ ਦਾ ਲਿਖਿਆ ਮੇਰੇ ਪਿਓ ਦਾ ਨਹੀਂ ਲਿਖਿਆ ਆਇਆ ਫਲਕ ਸ਼ੇਰ ਵਲਦਾ ਮਦੀਨ ਨਾ ਤਾਂ ਮੇਰੇ ਪਿਓ ਦਾ ਲਿਖਿਆ ਖੜੋਤਾ ਹੈ 37,500 ਰੁਪਇਆ ਬਿੱਲ ਸਾਨੂੰ ਕਿਵੇਂ ਆ ਸਕਦਾ ਸਾਡੇ ਕਿਹੜੇ ਏਸੀ ਫਰਿੱਜਾਂ ਚੱਲਦੇ ਪੈਣ ਜਿੰਨਾ ਤੁਹਾਡਾ ਮੀਟਰ ਚੱਲਿਆ ਉਹਨਾਂ ਹੀ ਬਿੱਲ ਆਇਆ ਉਹਨਾਂ ਨੇ ਕਿਹੜਾ ਘਰੋਂ ਲਿਖ ਕੇ ਦੇ ਦਿੱਤਾ ਉਹ ਡੱਡੂ ਚਾਰਜਰ ਆ ਬਿੱਲ ਵੇਖ ਕੇ ਮੇਰਾ ਦਿਮਾਗ ਖਰਾਬ ਹੋਇਆ ਖੜਤਾ ਹੀ ਉਹ ਨਾ ਹੋਵੇ ਮੈਂ ਤੇਰੀ ਰੀਡਿੰਗ ਪਿੱਛੇ ਕਰ ਦੇਵਾਂ ਦਫਾ ਹੋ ਜਾ ਸ਼ਕਲ ਗੁੰਮ ਕਰ ਜੀ ਬੰਦਾ ਇੱਕ ਤੁਹਾਡੇ ਘਰੇ ਬਿੱਲ ਦੇਣ ਆ ਤੁਸੀਂ ਉੱਤੋਂ ਬੇਇੱਜ਼ਤੀ ਕਰਦੇ ਪਏ ਜੇ ਹਾਲੀ ਮੈਂ ਤੇਰੀ ਬੇਇੱਜ਼ਤੀ ਕੀਤੀ ਨਹੀਂ ਇਹ ਤਾਂ ਸ਼ੁਕਰ ਕਰ ਮੈਂ ਗੱਲ ਹੀ ਕੀਤੀ ਹੈ ਉਹ ਕੱਛੂ ਕੁਮਿਆ ਉਹ ਨਾ ਮੈਂ ਤੈਨੂੰ ਇੱਥੇ ਟੁੱਡੇ ਮਾਰ ਕੇ ਵਜਾਵਾਂ ਚੱਲ ਦਫਾ ਹੋ ਜਾ ਲੈ ਦੱਸੋ ਵਾਪੜਾ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ ਐਡੇ ਐਡੇ ਬੰਦੇ ਭਰਤੀ ਕਰ ਲਏ ਇਹਨੇ ਕਾਰ ਖੜੀਚੀ ਆ ਤੂੰ ਮੈਨੂੰ ਆਖਿਆ 2,000 ਰੁਪਇਆ ਮੈਂ ਤੈਨੂੰ ਦਿੱਤਾ ਕਿਤਾ ਕਰਸਾਂ ਮੈਨੂੰ ਤਾਰ ਲਵਾ ਜਾ ਮੈਂ ਤੈਨੂੰ ਤਾਰ ਲਵਾਈਏ ਤੇ ਵੇਖ ਕਿੰਨਾ ਬਿੱਲ ਆ ਗਿਆ ਚੱਲ ਕੁਦੇ ਕੋਲ ਚਲੀਏ ਹੈ ਰਹੀ ਡਿੱਗਦਾ ਬਣਾਏ ਉਹ ਡਿੱਗਾ ਵਸ ਨਾਲ 37,500 ਰੁਪਇਆ ਬਿੱਲ ਆਇਆ ਖੜੋਤਾ ਆ ਕਾਰ ਕੜਿੱਛੀ ਨੂੰ ਮੈਂ ਤਾਰ ਦਿੱਤੀ ਏ ਤੇ ਕੈਸੀ ਤਾਰ ਮੈਂ ਦੇ ਬੈਠਾ 37,500 ਬਿੱਲ ਆ ਗਿਆ 37,500 ਬਿੱਲ ਆਇਆ ਇਹਨਾਂ ਕੋਲ ਤਾਰ ਤਾਂ ਮੈਂ ਲਈ ਹੋਈ ਏ ਤੂੰ ਕਿੰਨੇ ਪੈਸੇ ਇਹਨਾਂ ਨੂੰ ਦੇਣਾ ਮੈਂ ਇਹਨਾਂ ਨੂੰ 10,000 ਰੁਪਇਆ ਦੇਣਾ ਟੋਕੇ ਵਾਲੀ ਮਸ਼ੀਨ ਵੀ ਚਲਾਈਨਾ ਨਾਲ ਪੰਪ ਵੀ ਚਲਾਈਨਾ ਉਹ ਸਾਡੀ ਰੜੀ ਤਾਂ ਤੁਸੀਂ ਕੱਢੀ ਖਲੋਤੇ ਨੇ ਚੱਲ ਮੇਰੇ ਨਾਲ ਕਾਰ ਕਲਿੱਛੀ ਦੇ ਮੂੰਹ ਦੇ ਉੱਤੇ ਆਖਣੇ ਵੀ ਮੈਂ 10,000 ਰੁਪਇਆ ਬਿੱਲ ਦੇਣਾ ਉਹ ਮੈਨੂੰ 2,000 ਰੁਪਇਆ ਬਿੱਲ ਦਿੰਦੇ ਨੇ ਅਗਾਂ ਤੇਰੇ ਕੋਲ 10,000 ਰੁਪਇਆ ਲੈਂਦੇ ਨੇ ਮੁਨਾਫੇ ਤੇ ਮੁਨਾਫੇ ਕਮਾਉਂਦੇ ਪੈਣ ਚੱਲ ਕੇ ਮੈਂ ਉਹਨਾਂ ਦੇ ਬਿਜ਼ਨਸ ਦੇ ਉੱਤੇ ਲੱਤ ਮਾਰਨਾ ਖਾ ਮੈਂ ਚੱਲ ਕੇ ਉਹਦੇ ਮੂੰਹ ਤੇ ਆ ਛੜਸਾ ਮੈਂ ਕੋਈ ਉਹਦਾ ਕਹਣਾ ਮੇਰੇ ਕੋਲ ਬਿੱਲ ਨਹੀਂ ਲੈਂਦੇ ਹੈਗਾ ਭਾਜਾ ਆ ਜਾ ਆ ਜਾ ਬਣਵਾਵਣ ਲਈ ਜਾਣਾ ਜਿਹੜਾ ਰਾਤੀ ਢਾ ਆਏ ਇਹਨੂੰ ਬਣਵਾਵਣ ਰਾਂ ਦੇ ਤੂੰ ਵੇਚੀ ਜਾਵੇਂ ਵੇਚਾ ਕਿਉਂ ਭਾਈ ਰਾਤੀ ਮੈਂ ਖਬਰਾਂ ਸੁਣ ਬਾਨੋਸ ਤੂੰ ਜਾਵਾਂ ਸਮਝ ਤੈਨੂੰ ਆਉਂਦੀ ਕਾਈ ਨਹੀਂ ਉਹ ਕਾਰ ਕੜਿੱਛੀ ਸਾਹਿਬਾ ਬੜੀ ਤੂੰ ਸਿਆਸਤ ਖੇਡੀ ਖੜਤੀ ਮੇਰੇ ਨਾਲ ਹੈ ਦੰਮੀ ਨਾਲ ਹੀ 12 ਮੱਥੇ ਲੱਗ ਗਿਆ ਕਿ ਸਿਆਸਤ ਖੇਡ ਲਈਏ ਤੂੰ ਕਰਮਾਂ ਵਾਲੀ ਹੈ ਸਿਆਸਤ ਖੇਡੀ ਖੜਤੀ ਹੈ ਮੈਨੂੰ ਆਖੇ ਤਾਰ ਦੇ ਮੈਂ ਤੈਨੂੰ 2,000 ਰੁਪਇਆ ਦੇਸਾਂ ਮੈਂ ਤੈਨੂੰ ਤਾਰ ਬਿਜਲੀ ਦੀ ਲਵਾਈ ਹੈ 2,000 ਰੁਪਇਏ ਤੇ ਤੂੰ ਅਗਾਂ ਤਾਰ ਇਹਨੂੰ ਦਿੱਤੀ ਇਹਦੇ ਕੋਲ 10,000 ਰੁਪਇਆ ਲੈਂਦੀ ਪਈ ਹੈ ਮੁਨਾਫੇ ਕਮਾਉਂਦੀ ਪਈ ਹੈ ਤੇ ਆ 37,500 ਰੁਪਇਆ ਬਿੱਲ ਆਇਆ ਪਿਆ ਤੈਨੂੰ ਕਿਹੜੇ ਕੰਜਰ ਆਖਿਆ ਕਿ ਮੈਨੂੰ ਤਾਰ ਦਿੱਤੀ ਹੋਈ ਮੈਂ ਕੰਜਰ ਆਖਿਆ ਲੱਖ ਲਾਨਾ ਤੇ ਤੇਰੀ ਜ਼ਿੰਦਗੀ ਤੇ ਹੱਟ ਕੇ ਮੂੰਹ ਤੇ ਪਵੀ ਮੈਂ ਕਿਉਂ ਬੇਈਮਾਨੀ ਕਰਾਂ ਮੈਂ ਤੁਹਾਨੂੰ ਪੈਸੇ ਨਹੀਂ ਦੇਣਾ ਉਹ ਪੈਸੇ ਤਾਂ ਤੂੰ ਦੇਣਾ ਬੰਦਾ ਕਿਸੇ ਦਾ ਉਹ ਲਈ ਰੱਖ ਲੈਂਦਾ ਅਗਲੇ ਦੇ ਤੂੰ ਮੈਨੂੰ ਕੀ ਆਂਦਾ ਪਿਆ ਆਪਣੇ ਚ ਗੱਲ ਰਹਾ ਸੀ ਤਰੀਏ ਬੰਦੇ ਜਾਂਦੀ ਨਹੀਂ ਹੁਣ ਸਿੱਧੀ ਦੱਸੀ ਖਲਾਉਣ ਨੂੰ ਉਹ ਗਰੀਬ ਬੰਦਾ ਏ ਰੋਲ ਕੇ ਟੁੱਕਰ ਉਹ ਘਰੋਂ ਮੰਗਦਾ ਹੈ ਉਹਨੂੰ 37,000 ਰੁਪਇਆ ਬਿੱਲ ਆਇਆ ਪਿਆ ਇਹ ਸ਼ੋਦਾ ਕਿਵੇਂ ਭਰੂ ਇਹ ਦੱਸੋ ਕਿ ਮੈਨੂੰ ਉਹ ਮੇਰੀ ਤਾਂ ਮੇਰੀ ਮਾਂ ਚਮੜੀ ਲਾ ਦੇ ਸੀ ਉਹਨੂੰ ਪਤਾ ਲੱਗ ਗਿਆ ਵੀ ਤਾਰ ਇੱਧੇ ਦਿੱਪੀ ਹੋਈ ਹੈ ਉਹ ਤੂੰ ਅਗਾਂ ਦਿੱਪੀ ਹੋਈ ਤੇਰੀ ਮਾਂ ਚਮੜੀ ਲੈਂਦੀ ਤੇ ਬਿਲੇ ਸ਼ੱਕ ਦੇ ਹੁਣੇ ਲਾ ਛੱਡੇ ਅਸੀਂ ਤਾਂ ਤੈਨੂੰ ਬਿੱਲ ਉਤਨਾ ਦੇਣਾ ਜਿੰਨਾ ਤੇਰਾ ਸਾਡਾ ਮੁੱਕਾ ਹੋਇਆ ਵਾਧ 1 ਰੁਪਈਆ ਹੀ ਕੋਈ ਨਹੀਂ ਦੋਤੋ ਹੈ ਜਵਾਬ ਹੈ ਬੜੀ ਸ਼ੈਤਾਨ ਹੈ ਤੂੰ ਖਪਰੀ ਸਪਣੀ ਆ ਤੂੰ ਮੈਨੂੰ ਫਸਾ ਦਿੱਤਾ ਮੈਨੂੰ ਤੂੰ ਆਖਿਆ 2,000 ਰੁਪਇਆ ਤੈਨੂੰ ਮੈਂ ਇਹਨਾਂ ਦੇ ਦਿੱਤਾ ਕਰਦਾ ਮੈਨੂੰ ਤਾਰ ਦੇ ਮਿੰਟਾਂ ਦੇ ਤਰਲੇ ਕੀ ਤੇਰੀ ਮਿੱਠੀ ਪਿਆਰੀ ਹੋ ਕੇ ਤੇ ਹੁਣ ਅਗੇ ਤਾਰ ਦੇ ਕੇ ਤੇ ਮੈਨੂੰ ਵਿੱਚ ਫਸਾਈ ਖੋਤੀ ਹੈ ਇਦਾਂ ਬਿੱਲ ਕੌਣ ਦੇਊ ਹੈ ਆ ਖੁਦਾ ਦਾ ਨਾਂ ਹੈ ਆ ਔਖਾ ਸੌਖਾ ਵੇਲਾ ਕੱਢ ਮੈਂ ਤੁਹਾਡੀ ਤਾਰ ਕੱਢਣਾ ਔਖਾ ਵੇਲਾ ਆਸਾਂ ਤਾਂ ਕੋਈ ਨਹੀਂ ਕੱਢਣਾ ਇਹ ਔਖਾ ਵੇਲਾ ਤੋਂ ਆਦਾ ਆਪੇ ਕੱਢਣਾ ਜੇ ਤੋਂ ਛਿੱਕੀ ਸਾਡੀ ਤਾਰ ਤੇ ਮੈਂ ਤੇਰੀ ਮਾਂ ਕੋਲ ਲੈ ਗਈ ਜਾਂ ਸਾਖ ਸਰਮ ਜੀ ਸਾਨੂੰ ਬਿਜਲੀ ਦੀ ਤਾਰ ਚੋਰੀ ਦਿੱਤੀ ਹੋਈ ਹੈ ਹਾਂਜੀ ਤੇ ਬਾਕੀ ਰਹਿ ਗਏ ਬੇਨ ਦੀ ਗੱਲ ਜਿਹੜਾ ਤੇਰੇ ਨਾਲ ਸਾਡਾ ਮੁੱਕ ਹੋਇਆ 2000 ਫਾਤੇ ਇਥੋਂ ਨਿਕਲਣ ਕਾਰ ਖਬਰਦਾਰ ਜੇ ਮੇਰੀ ਮਾਂ ਨਾਲ ਕਾਈ ਗੱਲ ਕੀਤੀ ਆਈ ਤਾਂ ਗਲਤੀ ਤਾਂ ਮੈਂ ਕਰ ਬੈਠਾ ਮੈਂ ਫਸ ਗਿਆ ਚਲੋ ਮੈਂ ਹੁਣ ਨਿਕਲ ਜਾ ਸਾਂ ਔਖਾ ਸੌਖਾ ਆ ਮੀਆਂ 10,000 ਰੁਪਇਆ ਤੂੰ ਦੇ ਤੇ 2,000 ਰੁਪਇਆ ਤੁਸੀਂ ਦਿਓ 12,000 ਰੁਪਇਆ ਮੈਂ ਆਦੇ ਘਰਦਿਆਂ ਨੂੰ ਦੇਣਾ ਤੇ ਬਾਕੀ ਪੈਸੇ ਆਦੇ ਕੋਲੋਂ ਪਾ ਕੇ ਬਿੱਲ ਤਾਰ ਛੜ ਮੈਂ ਤਾਂ ਮੀਆਂ 10,000 ਰੁਪਇਆ ਦੇਣਾ ਇਹਨਾਂ ਨੂੰ ਇਹਨਾਂ ਕੋਲ ਤੂੰ ਆਪੇ ਲੈਂਦਾ ਬੱਤੀ ਹਾਂ ਬਿਲਕੁਲ 10,000 ਦੇਵਣਾ ਹੀ ਸਾਨੂੰ ਹੈ ਅਸੀਂ ਕਰਿੰਦੇ ਪਏ ਬਿਜ਼ਨਸ ਉਸ 10,000 ਚ 2,000 ਇਹਨੂੰ ਦਿਸਾਂ 8,000 ਸਾਨੂੰ ਬਚ ਜਾਸੀ ਉਹਨਿਆ ਤੂੰ ਮੇਰੀ ਕਾਵੜ ਨੂੰ ਨਹੀਂ ਜਾਣਨਾ ਮੈਨੂੰ ਕਾਵੜ ਚੜਦੀ ਪਈ ਹੈ ਮੈਂ ਇਥੋਂ ਇਲਟ ਚਾ ਲੈਣੀ ਤੇਰਾ ਖੱਚਰ ਵਾਲਾ ਮੂੰਹ ਕੱਟ ਦੇਣਾ ਮੈਨੂੰ 12,000 ਰੁਪਇਆ ਕਰਕੇ ਹੁਣੇ ਦਿਓ ਕਿ ਹੈ ਆਪਦੇ ਪਿਓ ਦਾ ਨਾ ਏਟ ਮਾਰ ਕੇ ਮੇਰਾ ਸਿਰ ਖੋਲ ਮੋੜ ਵੇਖੀ ਤੇਰੇ ਤੇ ਪਰਚਾ ਠੁਕਦਾ ਭੂਤਨਾ ਤੂੰ ਚੁੱਪ ਕਰਕੇ ਖੜੋ ਮੈਂ ਜਾਨੀ ਆ ਇਹਦੀ ਮਾਂ ਕੋਲ ਤੇ ਉਹਨੂੰ ਜਾ ਕੇ ਆਨੀ ਆ ਵੀ ਇੱਕ ਤਾਂ ਸਾਨੂੰ ਦਿੱਤੀ ਉਸ ਚੋਰੀ ਤਾਰ ਦੂਆ ਇੱਟਾਂ ਮਾਰ ਕੇ ਸਾਡਾ ਸਿਰ ਪਾੜਦਾ ਉਹ ਕਾਰ ਕੜਛੀ ਆ
आए टाइम तो औखा सौखा मैं टपा लेना कि बिल तार लिखा ऐसी पर मैं जेड़ा तेरे नाल सौन कर सा तू सारी जिंदगी याद रख से ओ वेख्या जे सी जदों तो सौन कीता था तेरे दे 10000 ओ मैंने दो दिया क्या घंटे के टाइम में आ जाना ओ चल मैं ठीक है ना मोड़ मत वंदे सा चलो मोड़ दे जावे दे जासा चेते नाल है ओ दे जासा के कदी मैं रखे मैं बनवा के अंदा पिया मगरू ला होवे बापा जाओ जी तू चुप कर जा ओ ना मैं किसे नार दे तेन तार देवा नहीं अम्मा मैं तो एवं मजाक किया तेरे नाल मैं ब्लड प्रेशर लो होया बैठा उस थोड़ा जा ब्लड प्रेशर चाह दईए 16 महीना इस दुनिया तू लै जावे होर तेनू की चाहिदा आमीन मेरा पुत्र मैं कहना मौत तो बचदी पई आ बड़ा जरूरी काम है क्या तेन हाजी शेर जरूरी काम है भाई ये किसे लट्टे नाल जाऊ असि ओथे लट पुना करन वास्ते एडा इनू प्यार कोई नहीं बाबे हाजी शेर नाल जिनू सलाम करन जाऊ स्पेशल तुसी जेड़ियां इने ना दोवें हाजी शेर बनन वाली होई खड़ोती असा दोवें जनी हाजी शेर कोई नहीं बनन वाली होई होईयां तू कल्ला हाजी शेर बनन वाला होयो होया ओही होई तो मैं बकवास करदा पिया मेरे दिमाग नु कोई झटके छटके जे महसूस होंदन मैं आखे चलो महीना डेढ़ उठे बाबे हाजी शेर बनी ही लेना मेरा पोत्रो आ ईद वेख ला मेरा भी दिल इयो करदा पिया भी इनु हाजी शेर बनसा है तेरा पियो जसी तेरे हत्था नाल ना संगल ना तेनु बहाने उसी जदों मेरा पुत्र तेरा कमरों निकल गया ना ते आपे टोर के घरे आ जावे मैं ते इत्थे घंटा भी नहीं काट सकना नाले फलक शेर दा मैं मुंह आज नहीं वेखना चांदा मैं जावांगा आप बाबा हाजी शेर सलाम करांगा नाल उथे बने ही जावांगा ए बहाने तू ना ला मैनू पता लगा कोता तू कोई कीता नुकसान ते तू ओने तू ए निकलू चाचा फलक शेर दा तू लितरा तू हैगा बचू ता ही ते तू निकलदा पे आएगा ते लितरा तू कोई नहीं बचना आएगा तू भावे महीने बाद घरे वापसी आवे ते भावे आवे 2 महीने बाद तू पहले 10 चा नुकसान की कीता है ओ बाद दी मारा खुच्चा छण मैं 2 महीने बाद औसा ते मोर वेखी डिठी जासी एक बार तो मैं जांदा पिया अबले बिल पाड़ खा माई मैनू पजा था गिनती नहीं आंदी तू बेल आखनी है चाचा फलक शेर आ जांदा तो उंदे कोल फड़ा ले सा शुक्र है उस्ताद जी तुसी घर ही नहीं सी बाहर ही टक्कर गया मेरी गुरु ने पिंड दे बाहर ना साइकिल ग्राउंड लाया है चल आप वेखन चलिए साइकिल ग्राउंड नु दफा कर आपा हाजी शेर चलिए तेरे कोल कोई पैसे है नुकसान हो गया अबे ते लितरां तू डरदे होए जांदे पए आ ते उस्ताद जी आ नुकसान तुसी इत्थे नहीं दस सकदे राज तैनूं दसदा चल सा आगा टोर चल मैनू आके लै जाओ 2 घंटे हो गए इंतजार पे करने हाले तक आया नहीं तो चुप कर हो जाओ
ਇੱਥੇ ਖੜੋਤੇ ਕਿਵੇਂ ਜੇ ਜੇ ਇੱਥੇ ਕਿਸੇ ਦਾ ਨੁਕਸਾਨ ਹੋ ਗਿਆ ਤਾਂ ਥਾਣਿਆਂ ਕਚਹਿਰੀਆਂ 'ਚ ਮੈਨੂੰ ਵੱਜਣਾ ਪਵਣਾ ਚੌਧਰੀ ਸਾਹਿਬ ਅਸੀਂ ਤਿੱਤਰ ਧੋ ਜਾਈਏ ਉਹ ਸਾਡੇ ਕੋਲ ਵਾਪਸ ਜਾਣ ਦਾ ਤੇਲ ਹੀ ਕੋਈ ਨਹੀਂ ਕੋਈ ਹਜ਼ਾਰ ਕੁ ਹੁੰਦਾ ਤਾਂ ਸਿਉਣੋਂ ਨਿਕਲ ਜਾਣਾ ਹੈ ਉਹ ਸਿਆਣੇ ਆਉਂਦੇ ਨੇ ਗੱਡੀ ਚਲਾਉਣ ਦਾ ਸ਼ੌਕ ਹੋਵੇ ਨਾ ਤਾਂ ਤੇਲ ਟੈਂਕ ਹੀ 'ਚ ਹੋਣਾ ਚਾਹੀਦਾ ਸਰਕਾਰ ਉਹ ਤਾਂ ਗੱਲ ਤੁਹਾਡੀ ਸਹੀ ਹੈ ਪਰ ਸਾਨੂੰ ਕੋਈ ਹਜ਼ਾਰ ਕੁ ਰੁਪਈਆ ਦੇ ਦਿਓ ਮਲੰਗ ਦਾ ਟੱਬਦਾ ਤੁਹਾਨੂੰ ਫਿਰ ਦੇ ਜਾਵਾਂਗਾ ਉਹ ਮੇਰੇ ਤੇ ਯਕੀਨ ਕਰੋ ਚੌਧਰੀ ਸਾਹਿਬ ਹਜ਼ਾਰ ਹਜ਼ਾਰ ਵਾਲੇ ਅਸਾਂ ਕਦੇ ਨਹੀਂ ਜੇਬ ਵਿੱਚ ਰੱਖੇ ਖੁੱਲੇ ਨੋਟ ਜਿਹੜੇ ਨਾ ਮੈਨੂੰ ਅੱਛੇ ਨਹੀਂ ਲੱਗਦੇ ਚਲੋ ਸਾਡੇ ਤੇ ਇੱਕ ਮਿਹਰਬਾਨੀ ਕਰੋ ਕਿ ਸਾਨੂੰ ਦੋ ਕੁ ਸਵਾਰੀਆਂ ਦੇ ਦਿਓ ਕਿ ਸਾਡਾ ਵਾਪਸੀ ਦਾ ਤੇਲ ਬਣ ਜਾਏ ਸਵਾਰੀਆਂ ਤੁਹਾਨੂੰ ਦੇ ਦੇਵਾਂ ਮੈਂ ਇੱਥੇ ਲਾਰੀ ਅੱਡਾ ਖੋਲਿਆ ਉਸਤਾਦ ਜੀ ਆਪਾਂ ਦੋਵੇਂ ਵੀ ਇਹਨਾਂ ਦੇ ਨਾਲ ਬਹਿ ਜਾਂਦੇ ਤੇ ਦੋ ਸਵਾਰੀਆਂ ਵੀ ਇਹਨਾਂ ਨੂੰ ਦੇ ਦਿੰਦੇ ਆ ਹਾਂ ਠੀਕ ਹੈ ਉਹ ਮੀਆਂ ਸਵਾਰੀਆਂ ਦਾ ਮੈਂ ਬੰਦੋਬਸਤ ਕਰ ਦੇਣਾ ਪਰ ਮੈਂ ਜਿੰਨਾ ਕਿਰਾਇਆ ਮੁੱਕ ਲਵਾਂ ਉਹਦੇ ਵਿੱਚ ਉਹ ਦਵਾ ਤੁਹਾਡੇ ਕੋਲ ਲੈਣਾ ਜੀ ਚਲੋ ਠੀਕ ਹੈ ਜੀ ਤੁਸੀਂ ਸਵਾਰੀਆਂ ਲਾਇਓ ਆਪਣਾ ਟਨ ਹੋ ਗਿਆ ਅੱਧਾ ਹਿੱਸਾ ਤੁਹਾਡਾ ਅੱਧਾ ਸਾਡਾ ਚਲੋ ਠੀਕ ਹੈ ਟਨ ਹੋ ਗਿਆ ਟਨ ਲੱਗ ਦੇਖੜਾ ਮਿੰਟ ਮਾਰ ਮਿੰਟ ਵੱਜ ਗਿਆ ਹੁਣ ਸਵਾਰੀਆਂ ਲੈ ਕੇ ਉਸੇ ਤੇ ਫੇਰੀ ਹੈ ਨਾ ਆਉਣ ਵਾਲਾ ਬੰਦਾ ਮੈਨੂੰ ਗੱਲ ਵਾਲਾ ਲੱਗਦਾ ਹੈ ਚਲੋ ਲੱਗ ਜਾਂਦਾ ਪਤਾ ਚੁੰਡੀ ਲਾ ਚਲੀਏ ਦੇਰ ਹੁੰਦੀ ਪਈਏ ਅੰਨਾ ਹੋ ਗਿਆ ਲਾਨੀ ਤਾਂ ਪਈ ਆ ਬੁੰਦਾ ਉਹ ਚਾਚਾ ਕੁੱਕੀ ਉਹ ਚਾਚੀ ਦੀ ਸਲਵਾਰ ਸਿਰ ਤੇ ਬੰਨੀ ਫਿਰਨਾ ਲੱਖ ਲਾਨਾ ਤੇ ਅੱਛਾ ਗੱਲ ਜਹਾਨ ਦੀ ਆ ਸਲਵਾਰ ਨਹੀਂ ਬੰਨੀ ਹੁੰਦਾ ਇਹ ਮੈਚਿੰਗ ਕੀਤੀ ਬੰਨਾ ਅੱਜ ਕੱਲ੍ਹ ਦੇ ਮੀਆਂ ਬੀਵੀ ਮੈਚਿੰਗ ਕਰ ਤੜਦੇ ਮੈਚਿੰਗ ਕਰਕੇ ਕਿਤੇ ਟੁਰੇ ਜਾਂਦੇ ਨੇ ਉਹ ਮੇਰੀ ਸਵਾਣੀ ਦੇ ਸਿਰ ਨੂੰ ਦਰਦ ਨਹੀਂ ਜਾਂਦੀ ਪਈ ਤੇ ਦਵਾਈ ਲਵਣ ਜਾਂਦੇ ਪਏ ਕਬੀਰ ਦਵਾਈ ਲਵਣ ਜਾਵਣ ਦੀ ਲੋੜ ਕੋਈ ਨਹੀਂ ਕਿਸੇ ਡਾਕਟਰਾਂ ਦੇ ਮਗਰ ਧੱਕੇ ਖਾਵਣ ਦੀ ਲੋੜ ਕੋਈ ਨਹੀਂ ਕਮੀਰ ਦੇ ਵਿੱਚ ਦੋ ਸਿਰਾਂ ਵਾਲਾ ਬੱਚਾ ਜੰਮਿਆ ਤੇ ਜੰਮਦਾ ਗੱਲਾਂ ਕਰਦਾ ਜਿਹੜਾ ਬੰਦਾ ਜਾ ਕੇ ਉਹਨੂੰ ਆਦੀ ਪਰੇਸ਼ਾਨੀ ਬਿਆਨ ਕਰ ਦਿੰਦਾ ਉਹ ਉਸੇ ਵੇਲੇ ਦੁਆ ਕਰਦਾ ਤੇ ਮਸਲਾ ਸਾਰਾ ਹੱਲ ਹੋ ਜਾਂਦਾ ਓ ਹਾਏ ਵੇ ਦੋ ਸਿਰਾਂ ਵਾਲਾ ਬੱਚਾ ਜੰਮਿਆ ਕਿਧਰੇ ਤੂੰ ਝੂਠ ਤਾਂ ਨਹੀਂ ਬੋਲਦਾ ਜੇ ਮੈਂ ਝੂਠ ਬੋਲਾਂ ਤੇ ਚਾਚੇ ਕੁੱਕੀ ਨੂੰ ਦੂਸਰਾ ਸਾਹ ਨਾ ਆਵੇ ਥੋੜ ਦਲੀਲ ਦਾ ਬੱਚਾ ਮੇਰਾ ਕਿਉਂ ਗੋਡ ਬਣੂ ਹੈ ਚੱਲ ਵੇ ਨਿਕਲ ਮੇਰੇ ਘਰੋਂ ਝੂਠ ਮਾਰਨ ਵਾਸਤੇ ਤੈਨੂੰ ਮੇਰਾ ਹੀ ਘਰ ਨਜ਼ਰ ਆਇਆ ਭੋਰਿਆ ਓ ਮੈਂ ਜੇ ਝੂਠ ਬੋਲਾਂ ਤੇ ਮੇਰੇ ਚਿਹਰੇ ਦਾ ਨੂਰ ਉੱਡ ਜਾਵੇ ਅੱਗੇ ਬੜਾ ਤੇਰੇ ਚਿਹਰੇ ਤੇ ਨੂਰ ਬਰਸਦਾ ਲੋ ਕਰ ਲੋ ਗੱਲ ਓ ਮੈਂ ਗੱਡੀ ਬੁੱਕ ਕਰਾਈ ਖੋਤਾ ਤਾਂ ਪੂਰਾ ਪਿੰਡ ਜਾਂਦਾ ਪਿਆ ਜ਼ਿਆਰਤ ਕਰਨ ਵਾਸਤੇ ਤੁਸੀਂ ਨਾ ਜਾਓ ਬਾਈ ਰਹਿ ਜਾਓ ਜ਼ਿਆਰਤ ਤੋਂ ਵੇ ਜੇ ਗੱਲ ਝੂਠ ਹੋਈ ਨਾ ਤੇ ਮੇਰੇ ਤੋਂ ਬੰਦਾ ਬੁਰਾ ਕੋਈ ਨਹੀਂ ਉਹ ਤਾਂ ਪਹਿਲਾਂ ਹੀ ਤੇਰੇ ਤੋਂ ਬੁਰਾ ਕੋਈ ਨਹੀਂ ਕੀ ਮਤਲਬ ਹੈ ਤੇਰਾ ਮਤਲਬ ਕੁਛ ਵੀ ਹੋ ਸਕਦਾ ਮੇਰਾ ਆਖਣ ਦਾ ਮਤਲਬ ਹੈ ਤੁਸੀਂ ਜਾਣਾ ਜਾਂ ਨਹੀਂ ਜਾਣਾ ਚੋਰੀ ਸਾਹਿਬ ਚੱਲ ਗਏ ਨਾ ਫਿਰ ਇਹਦਾ ਕੂੜ ਵੀ ਵੇਖਿਆ ਜਾਏਗਾ ਤੇ ਇਹਦਾ ਸੱਚ ਵੀ ਵੇਖਿਆ ਜਾਏਗਾ ਚਲੋ ਠੀਕ ਹੈ ਚਲਦੇ ਰਹਿੰਦੇ ਹਜ਼ਾਰ ਹਜ਼ਾਰ ਰੁਪਈਆ ਕਿਰਾਇਆ ਇਹਨੇ ਇਹ ਗੱਲ ਜ਼ਿਹਨ ਚ ਰੱਖਿਆ ਜੇ ਝੂਠ ਗੱਲ ਹੋਈ ਨਾ ਤੇ ਮੈਂ 2000 ਤੇਰੇ ਤੋਂ ਕਟਵਾਣਾ ਹੀ ਕੋਈ ਟੈਨਸ਼ਨ ਨਹੀਂ ਆ ਜਾਓ ਚੱਲ ਫਿਰ ਨਜ਼ਰ ਲੱਗ ਜਾਂਦੀ ਪੈਸੇ ਲਾਪਤਾ ਗਿਆ ਰਮਜ਼ੀ ਐਸੀ ਸ਼ੈਤਾਨੀ ਕੀਤੀ ਨਾ ਚੌਕੀ ਆਂਦਾ ਅੱਜ ਤੋਂ ਬਾਅਦ ਮੈਂ 10000 ਕੋਈ ਨਹੀਂ ਦੇਣਾ ਨੇ 6000 ਲੈਣੇ ਨੇ ਤੇ ਠੀਕ ਨੇ ਤੌਰ ਪਰ ਛੱਡ ਚਲੋ 6000 ਵੀ ਜਾਂਦੇ ਚੋਰ ਦੀ ਪਾਕੀ ਸਹੀ ਆਪਾਂ ਤਾਂ ਮੁਨਾਫਾ ਕਮਾਉਂਦੇ ਪਏ ਆਂ ਜਨਮ ਸਿੱਧੀ ਦੀ ਲਾਲਿਤ ਕਿਹੜੀ ਗੱਲ ਹੈ ਚਲੋ ਆ ਮੈਂ ਬਣਵਾ ਆ ਮੈਂ ਕਿ ਮੇਰੀ ਬੇਗਮ ਤੰਗ ਹੁੰਦੀ ਆਈ ਕਿ ਲਗਾਲਾ ਲੈਂਦੀ ਆ ਚਲੋ ਮਿਹਰਬਾਨੀ ਜੇ ਤੈਨੂੰ ਵੀ ਖਿਆਲ ਆ ਗਿਆ ਤੇ ਕਿਤਨੇ ਪੈਸੇ ਲੈ ਉਹਨਾਂ ਉਹਨਾਂ ਹੀ ਦਾ ਲਿਆ ਜੀ 400 ਕਾਰ ਕੜਛੀ ਸਾਹਿਬਾ ਬੋਕੋ ਜੀ ਕੀ ਹਾਲ ਹੈ ਹਾਲ ਮੇਰੇ ਠੀਕ ਹੈ ਤੂੰ ਗੱਲ ਕਰ ਮੈਂ ਤੁਹਾਡੇ ਵਾਸਤੇ ਇੱਕ ਖੁਸ਼ ਖਬਰੀ ਲੈ ਕੇ ਆਇਆ ਤੁਸੀਂ ਸੁਣਸੋ ਤਾਂ ਹੈਰਾਨ ਹੋ ਜਾਸੋ ਕਿਉਂ ਤੇਰੀ ਮਾਂ ਨੂੰ ਬਾਲ ਡਿੱਜਾ ਮੇਰੀ ਮਾਂ ਨੂੰ ਬਾਲ ਨਹੀਂ ਡਿੱਜਾ ਕਿਸੇ ਹੋਰ ਨੂੰ ਬਾਲ ਡਿੱਜਾ ਕਮੀਰ ਸ਼ਹਿਰ ਦੇ ਵਿੱਚ ਬਾਲ ਡਿੱਜਾ ਦੋ ਸਿਰਾਂ ਵਾਲਾ ਤੇ ਜੰਮਦਾ ਹੀ ਗੱਲਾਂ ਕਰਦਾ ਜਿਹੜਾ ਬੰਦਾ ਉਹਦੇ ਸਾਹਮਣੇ ਅੱਜ ਦਿਲ ਦੀ ਖੁਆਇਸ਼ ਰੱਖਦਾ ਉਹ ਉਸੇ ਵੇਲੇ ਪੂਰੀ ਹੋ ਜਾਂਦੀ ਇਹ ਕੂੜ ਤੂੰ ਕਿਸੇ ਹੋਰ ਨੂੰ ਜਾ ਕੇ ਮਾਰ ਜਿੱਥੇ ਤੇਰਾ ਚਾਲ ਵੀ ਜਾਵੇ ਆ ਸੱਜਾ ਸੱਜਾ ਮੈਂ ਤਾਂ ਇਹਨੂੰ ਸੋਚ ਲਾਇਆ ਤੇ ਹੁਣ ਦੁਬਾਰਾ ਤੂੰ ਮੈਨੂੰ ਲਾਵਣ ਆ ਗਿਆ ਅਸੀਂ ਨਹੀਂ ਵੇਂਦੇ ਦੋ ਸਿਰਾਂ ਵਾਲਾ ਕਾਕਾ ਚੱਲ ਦਫ ਹੋ ਜਾ ਉਹ ਕਾਰ ਕੜਿੱਛੀ ਆ ਉਹ ਆ ਬੌਰੀ ਰਹਿ ਗਈਓ ਨਾ ਕੜਮੀ ਰਹਿ ਗਈਓ ਇਹੋ ਜੇ ਮੋਜ਼ ਦੇ ਕਿਸਮਤ ਨਾਲ ਬੰਦਾ ਵੇਖਦਾ ਜੇ ਅਗਰ ਇਹ ਝੂਠ ਹੁੰਦਾ ਫਰੇਬ ਹੁੰਦਾ ਮੈਂ ਤੈਨੂੰ ਸੋਚ ਲਾਵਣਾ ਹੁੰਦਾ ਤਾਂ ਮੈਂ ਉੱਥੋਂ ਗੱਡੀ ਕਿਰਾਏ ਤੇ ਲੈ ਆਉਣੀ ਹੈ 16000 ਰੁਪਈਆ ਦੇ ਕੇ ਮੈਂ ਗੱਡੀ ਲੈ ਕੇ ਆਇਆ ਤਾਂ ਕਿ ਸਾਡੇ ਪਿੰਡ ਵਾਲੇ ਸਾਰੇ ਜਾਵਣ ਉਸ ਬੱਚੇ ਦੀ ਜ਼ਿਆਰਤ ਕਰ ਆਵਣ ਨਾਲੇ ਦੁਆ ਮੰਗਾ
ना मैं तेरी गड्डी ते चढ़दी ते ना मैनू कोई लोड़ जावण दी। बिलो लगे जाने हैं जे अगर इस अपने शैतानी करने की कोशिश की ना आपे दी मान सीधी दादी सा ए सानू बिजली वाली तार चोरी दी हुई है। बूत ना मेरा तो दिल नहीं करदा इस रोध की नाल कदम चावण वास्ते भोजनों का चलना है मैं असि जावण नु तैयार हां ते की सूरत आले जावण दी। जिन्नी तेरी बुरी शक्ल है ना उन्नी तेरी बुरी सोच है। ऐ भूतना जेड़ा समझदार इंसान है भूतनिया हजार हजार रुपया सिर्फ फी सवारी किराया है ते लैके भी जाना ते लैके भी आवना है। ए हुन 2000 भरना पौसी बड़ा मैं ता नहीं रहन देने किसे काम ला लिसा। नहीं नहीं ए भी काम ही है। बिल्लो तेरी कितनी मैं दवाइयां लईया बाल बच्चा ता होया कोनी मैं ना दो सिरे बाल को लगे जाना हो सकदा अपनी सुनी ही जावे। चलो टॉर्च नहीं रहना ता नाले जे मैं तुम्हारे ना ठगी लावणी होवे आ ते मोर सिर्फ 2000 दी लावणी आए जे मैं सोच लावा तो वड्डा सोच लावा तुम्हारी तेरी ठगी लग जावे ते तू रुपये नु ही नहीं माफ करना। चलो आ जाओ अगर टुरो चलो रुपये नु नहीं माफ करना। रे भाई असि जाना कोई नहीं साडा जेड़ा 2000 रुपए गया ना मेरी तली ते रख मेरे तो इंतजार कोई नहीं हुंदा। ओ मैं किवें तेरी तली ते रखदा बाजी पैसे तो तेरे नाल दा लगा थाडे पिंड दा बंदा ओने गड्डी कराई तुसी ओदे नाल लड़ो ते साडे नाल क्या फायदा तेरे नाल। रे भाई मैं ओनु नहीं जानदी गी ठीक है ना कदी इंतजार ते मैं अपने प्यो दा नहीं कीता हैगा ना मैं हुण जानदी आ ते ना मैं घंटे बाद जानदी आ चोरी साबे इहनां नूं आखदे क्यों नहीं। यार ओ आ के रोला ना पाओ किवें बाहर खलो गई है धुप ते रंग काला कराऊं मैं रंग ते तू लानत पा तू मेरा 2000 रुपया दे ते मैं अपने घर जाना मैं कोई नहीं हूं जाना रख दी लानत तेरे ते डबल आप ही दाखे रंग ते लानत पा दीती है हुन तेरी गल जे मन्ना ता भी बुरा जे ना मन्ना ता भी बुरा आ सवारियां होर आ गई दो मैं होर दो सवारियां लेके हुने आया आपा हुने गए ते हुने ज़ियारता करके वापस आ गए। पा ले मैं मर गई हले तेरीयां दो सवारियां होर आनियां ने 5 घंटे फेर मेनू लग जाणगे इत्थे दलील दे बच्चे आ कदो जाना जे नहीं जाना तो पैसे वापस दे स्कूटर दी आंदा रहिए तेरा इंतजार तो ना करिए मोटरसाइकिल ते जासो ते 5000 रुपया फीस अगले रखी हुई है एवें नहीं बैठे होए ओए ते मैं आ जिने जाके टोकन ले लैन तुहानू फ्री ज़ियारत करवावणी है। नहीं बाजी जट्टी जिद करके ना खड़ाओ झट खड़ी दी ते गल है आपा विच बाहर चलनिया ते ए सवारियां लेके आ जांदा बिल्लो झट खड़ी नहीं है आंदा हैगा 4 घंटे हो गए ना मैनू ए कैरी डब्बे दे विच बैठिया ते गर्मी दे विच मेरा बुरा हालात हो गया। चलो जाने मैं पखा चली रखसा रमजिया हुण मुंह चा के ना खड़ोतेगा आवन जावन करी। चलो ठीक है मैं हुणे गया ते हुणे सवारियां लेके आया तुसी टेंशन ना लो आयो उस्ताद जी किराया ते ले लो इना कोलो हां किराया दे दियो असि बजे जाने हैं किराया तो मैं तेन दे देना तू तो मैं पा मैं गड्डी बनवाई खला मैं समझे शायद 72 सीटी बनवाई खला खुरली जेडी तू गड्डी लाई बना चल फट ਅਤੋ ਇਹ ਕਿਹੜਾ ਲੰਮਿਆਂ ਪੈ ਕੇ ਜਾਣਾ ਤੂੰ ਹੀ ਬਹਿ ਕੇ ਜਾਣਾ ਭਾਵੇਂ 72 ਸਿਟੀ ਹੋਵੇ ਤੇ ਭਾਵੇਂ ਨਿੱਕੀ ਗੱਡੀ ਹੋਵੇ ਪੈਸੇ ਫਦਾ ਤੂੰ ਚੱਲ ਵੀ ਅਗਾ ਟੋਰ ਬਿੱਲੋ ਹਾਂ ਫਰੰਟ ਆਪਾਂ ਦੋ ਜੀ ਸਮਾਨ ਲਈ ਖਾਲੀ ਪਿਆ ਤੇ ਚੱਲ ਮੁੜ ਬਾ ਛੋਰਾ ਵਿੱਚ ਐਲਸੀਡੀ ਲਾਵੀ ਨਾ ਲਾ ਦੇ ਗੱਡੀ ਚੱਲੇ ਤਾਂ ਸਹੀ ਤੇ ਉੱਚੀ ਪਾਗਲ ਹੋ ਗਏ ਨੇ ਇੱਕ ਸੀਟ ਹੈਗੀ ਅੱਗੇ ਫੱਟ ਕੇ ਬਹਿਣਗੇ ਪਾਗਲ ਹੈ ਜੋ ਬਹਿ ਜੋ ਕੁਛ ਨਹੀਂ ਹੁੰਦਾ परेशान रह गया मैं चलो बाबे हाजी शेर तो मुड़ भाग पहले इस मोजे की ज़ियारत कर लीए कमीर एक बाल जमे दो सिर जमदा गल्लां करदा दोवां मुंहां आलू ते जेड़ा बंदा ओंदे नाल गल करदा ओंदे कोल दुआ मंगांदा है ओंदी फौरी दुआ कबूल हुंदी है। हां हां सुकरी एवें हो जांदा है माई अल्लाह दे कम्मा दा की पता हैगा मैं तां पहली वारी सुनदी पई आं रमजी जा किसे दी मोटरसाइकिल मांग के लाया आपां भी जाके वेखिए। ओ तू मोटरसाइकिल नु रोनी मैं पूरी गड्डी कराई खड़ोता तुसी बस तैयारी वट्टो ओ तां वेंट मार मैनू ला चल मैं उत्पाल दी ज़ियारत करां। ओए अम्मा 5000 रुपया खर्चा आ जाना गड्डी दा किराया जावणा कमीर है लाहौर शहर नहीं जाना जना 5000 किराया आसी राह दे विच बोतलां तुहाडे वास्ते लेज पापड़ ते सारशा दा बंदोबस्त का करना ते नाले आगा जेड़े घर दे विच जाना बाल दी ज़ियारत करनी ओथे नजराना अकीदत का पेश करना। चल माई दे जल्दी चल चल टुरिए 5000 देवो हां हां बाल दो सिरां वाला ही जमदे दे दांद इन्नी ना दे तू इवें सही है
हालांकि तू उधारा मंगया, मैं तेन डायरेक्ट दे दिता। मैं खाई ला 1000 रुपया रख ला, उतो तेल पवा लवे, कमीर जाके इन्हां नूं छड्ड देवी। आपे उत्थे दरबार शरीफ हजरत खाजा मोहम्मद पना रहमतुल्ला अलैह दे दरबार ते बहु जाओ के आपे आ जा सने। मेरे प्यो फलक शेर अगे शीश नांग ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।